ਲੰਡਨ ਦੇ ਲੀਡਸ ਵਿੱਚ ਇੱਕ ਗੁਰਦੁਆਰੇ ਅਤੇ ਮਸਜਿਦ ਨੂੰ ਇੱਕੋ ਸਮੇਂ ਅੱਗ ਲਗਾ ਦਿੱਤੀ ਗਈ ਜਿਸ ਨੂੰ ਪੁਲਿਸ ਨਫ਼ਰਤੀ ਹਿੰਸਾ ਦੇ ਤੌਰ ਤੇ ਦੇਖ ਰਹੀ ਹੈ। ਬੀਬੀਸੀ ਦੀ ਰਿਪੋਰਟ ਅਨੁਸਾਰ ਹਾਰਡੀ ਸਟ੍ਰੀਟ ਵਿੱਚ ਜਾਮੀਆ ਮਸਜਿਦ ਅਤੇ ਲੇਡੀ ਪਿਟ ਲੇਨ ਇਲਾਕੇ ਵਿੱਚ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਗੁਰਦੁਆਰੇ ਤੇ ਇੱਕੋ ਸਮੇਂ ਹਮਲੇ ਕੀਤੇ ਗਏ। ਇੱਕ ਰਿਪੋਰਟ ਅਨੁਸਾਰ ਮਸਜਿਦ ਨੂੰ ਤੜਕੇ 4:15 ਵਜੇ ਅੱਗ ਲਗਾਈ ਗਈ ਤੇ ਇਸ ਤੋਂ ਕੁਝ ਹੀ ਸਮੇਂ ਬਾਅਦ ਗੁਰਦੁਆਰੇ ਦੇ ਦਰਵਾਜ਼ੇ ਨੂੰ ਅੱਗ ਲਗਾ ਦਿੱਤੀ ਗਈ। ਸਿੱਖ ਪ੍ਰੈਸ ਐਸੋਸੀਏਸ਼ਨ ਨੇ ਦੱਸਿਆ ਕਿ ਇੱਕ ਪੈਟਰੋਲ ਨਾਲ ਭਰੀ ਬੋਤਲ ਨੂੰ ਗੁਰਦੁਆਰੇ ਦੇ ਦਰਵਾਜ਼ੇ ਤੇ ਸੁੱਟਿਆ ਗਿਆ ਜਿਸ ਦੇ ਧੂੰਏ ਨਾਲ ਗੁਰਦੁਆਰੇ ਦਾ ਅਲਾਰਮ ਵੱਜ ਗਿਆ। ਅਲਾਰਮ ਵੱਜਦੇ ਹੀ ਇਲਾਕੇ ਦੇ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਿਸ ਸਦਕਾ ਸਮੇਂ ਰਹਿੰਦੇ ਅੱਗ ਤੇ ਕਾਬੂ ਪਾ ਲਿਆ ਗਿਆ। ਉੱਥੇ ਹੀ ਪੁਲਿਸ ਇਸ ਘਟਨਾ ਨੂੰ ਨਫ਼ਰਤੀ ਹਿੰਸਾ ਵਜੋਂ ਦੇਖ ਰਹੀ ਹੈ ਜਿਸ ਤੋਂ ਬਾਅਦ ਇਹਨਾਂ ਇਲਾਕਿਆਂ ਵਿੱਚ ਪੁਲਿਸ ਗਸ਼ਤ ਵੀ ਵਧਾ ਦਿੱਤੀ ਗਈ ਹੈ। ਫਿਲਹਾਲ ਪੁਲਿਸ ਵੱਲੋਂ ਦੋਵੇਂ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।